ਸਿੱਖ ਦੰਗਾ ਪੀੜਤਾਂ ਦੀ 9 ਬਿਗਾ ਜ਼ਮੀਨ ਫਰਦੀ ਤਰੀਕੇ ਦੇ ਨਾਲ ਵੇਚ ਕੇ ਤੁਰਦਾ ਬਣਿਆ ਇੱਕ ਇਨਸਾਨ ਬਾਅਦ ਦੇ ਵਿੱਚ ਹਾਊਸਿੰਗ ਜ਼ੋਰ ਦੇ ਨਾਮ ਕਰਵਾ ਕੇ ਰੱਖ ਦਿੱਤੀ ਇਹ ਜ਼ਮੀਨ ਇੱਕ ਘਟ ਗਿਣਤੀ ਪਾਈਚਾਰੇ ਦੇ ਵਿਅਕਤੀ ਦੀ ਜ਼ਮੀਨ ਨੂੰ ਵੇਚਿਆ ਦੂਸਰੇ ਘਟ ਗਿਣਤੀ ਪਾਈਚਾਰੇ ਦੇ ਵਿਅਕਤੀ ਨੇ ਆਪਣੀ 9 ਵਿਗੇ ਦੀ ਜ਼ਮੀਨ ਹੋਣ ਦੇ ਬਾਵਜੂਦ ਕਿਰਾਏ ਤੇ ਰਹਿਣ ਵਾਸਤੇ ਮਜਬੂਰ ਹੈ ਸ਼ਖਸ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਸਿੱਖ ਭਾਈਚਾਰੇ ਦੇ ਖਿਲਾਫ ਹੋਈ ਹਿੰਸਾ ਦੇ ਵਿੱਚ ਆਪਣੇ ਪਿਤਾ ਦੀ ਖਰੀਦੀ ਹੋਈ ਜ਼ਮੀਨ ਨੂੰ ਛੱਡ ਕੇ ਗਏ ਸਿੱਖ ਪਰਿਵਾਰ ਨੂੰ ਵਾਪਸ ਆਉਣ ਤੋਂ ਬਾਅਦ ਹੁਣ ਆਪਣੀ ਹੀ ਜ਼ਮੀਨ ਨਹੀਂ ਮਿਲ ਰਹੀ ਹੈ ਮੋਹਰਖਾਨ ਨਾਮ ਦੇ ਵਿਅਕਤੀ ਨੇ ਸਿੱਖ ਪਰਿਵਾਰ ਦੀ ਜ਼ਮੀਨ ਨੂੰ ਖੁਰਦ-ਬੁਰਦ ਕਰਕੇ ਰੱਖ ਦਿੱਤਾ ਹੈ ਅਤੇ ਇਸ ਦੇ ਬਾਅਦ ਹੁਣ ਇਹ ਪਰਿਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ-ਕੱਟ ਕੇ ਪਰੇਸ਼ਾਨ ਹੋ ਚੁੱਕਾ ਹੈ ਪਰੰਤੂ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਦੇ ਵੱਲੋਂ सिवाय टालमटोल ਤੋਂ ਹੋਰ ਕੁਝ ਵੀ ਕੀਤਾ ਨਹੀਂ ਜਾ ਰਿਹਾ ਜਿੱਥੇ ਕਿ ਸ਼ਿਕਾਇਤ ਕਰਤਾ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਬੁਰੇ ਸਮੇ ਦੇ ਵਿੱਚ ਆਪਣੇ ਭਵਿੱਖ ਨੂੰ ਸੰਵਾਰਨ ਦੇ ਵਾਸਤੇ ਖਰੀਦੀ ਜ਼ਮੀਨ ਉਹਨਾਂ ਦੀ ਆਪਣੀ ਹੈ ਅਤੇ ਦੂਸਰੇ ਲੋਕਾਂ ਨੇ ਉਹਨਾਂ ਦੇ ਉੱਪਰ ਫਰਜ਼ੀ ਤਰੀਕੇ ਦੇ ਨਾਲ ਰਜਿਸਟਰੀ ਕਰਵਾ ਲਈ 9 ਬਿਗਾ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਦੇ ਵਾਸਤੇ ਮਜਬੂਰ ਹੋਏ ਪੈ ਨੇ ਇਸ ਮਾਮਲੇ ਦੇ ਵਿੱਚ ਹੁਣ ਕੋਸ਼ਲੇਂਦਰ ਵਿਕਰਮ ਸਿੰਘ ਨੇ ਐਸ ਡੀ ਐਮ ਪ੍ਰਦੀਪ ਤੋਮਰ ਨੂੰ ਜਾਂਚ ਦੇ ਵਾਸਤੇ ਹੁਕਮ ਵੀ ਜਾਰੀ ਕੀਤੇ ਨੇ ਪਰ ਫੇਰ ਵੀ ਇਹਨਾਂ ਦੀਆਂ ਨਜ਼ਰਾਂ ਇਨਸਾਫ ਦੇ ਉੱਪਰ ਲਗਾਤਾਰ ਲੱਗੀਆਂ ਨੇ ਇਸ ਮੌਕੇ ਦੇ ਉੱਪਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਪਿਤਾ ਨੇ 1965 ਦੇ ਵਿੱਚ ਇਹ ਜ਼ਮੀਨ ਨੂੰ ਖਰੀਦਿਆ ਸੀ। ਅਤੇ ਸਾਲ 1984 ਦੇ ਵਿੱਚ ਜਦੋਂ ਸਿੱਖ ਸਮੁਦਾਇ ਦੇ ਖਿਲਾਫ ਹਿੰਸਾ ਹੋਈ ਤਾਂ ਉਸ ਸਮੇਂ ਉਹ ਗਵਾਲੀਅਰ ਨੂੰ ਛੱਡ ਕੇ ਪੰਜਾਬ ਚਲੇ ਗਏ ਸੀ। ਅਤੇ ਸਾਲ 1998 ਦੇ ਵਿੱਚ ਉਹ ਵਾਪਸ ਆਏ ਅਤੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਵजूद ਨੂੰ ਤਲਾਸ਼ਣ ਦੇ ਵਿੱਚ ਲਗਾਤਾਰ ਲੱਗੇ ਰਹੇ। ਇਸ ਦੌਰਾਨ ਉਹਨਾਂ ਨੇ ਜਦੋਂ 1999 ਦੇ ਵਿੱਚ ਆਪਣੀ ਪੁਸ਼ਤੈਣੀ ਜ਼ਮੀਨ ਦੇ ਉੱਪਰ ਆਪਣੀ ਜ਼ਿੰਦਗੀ ਨੂੰ ਬਸਰ ਕਰਨ ਦੇ ਵਾਸਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਜ਼ਮੀਨ ਤਾਂ ਉੱਤੇ ਮੌਜੂਦ ਹੀ ਨਹੀਂ ਹੈ ਜਿੱਥੇ ਕਿ ਆਪਣੀ ਜ਼ਮੀਨ ਨੂੰ ਤਲਾਸ਼ ਕਰ ਰਹੇ ਘਟ ਗਿਣਤੀ ਸਿੱਖ ਭਾਈਚਾਰੇ ਦੇ ਇਸ ਵੀਰ ਦਾ ਕਹਿਣਾ ਹੈ ਕਿ ਜ਼ਮੀਨ ਨੂੰ ਹਾਸਲ ਕਰਨ ਦੇ ਵਾਸਤੇ ਉਹਨਾਂ ਦੇ ਵੱਲੋਂ ਸਰਕਾਰੀ ਦਫ਼ਤਰ ਦੇ ਵਿੱਚ ਆਵੇਦਨ ਵੀ ਦਿੱਤਾ ਗਿਆ ਸੀ ਪਰੰਤੂ ਇਸ ਦੇ ਬਾਵਜੂਦ ਵੀ ਇਸ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋਈ ਇਸ ਦੇ ਬਾਅਦ ਉਹਨਾਂ ਨੇ ਆਪਣੇ ਲੈਵਲ ਦੇ ਉੱਪਰ ਇਸ ਦੀ ਛਾਣਬੀਣ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਹੈ ਕਿ ਕਿਸੇ ਮੋਹਰ ਖਾਨ ਨਾਮ ਦੇ ਵਿਅਕਤੀ ਨੇ ਇਸ ਜ਼ਮੀਨ ਨੂੰ ਫਰਜ਼ੀ ਤਰੀਕੇ ਦੇ ਨਾਲ ਆਪਣੀ ਜ਼ਮੀਨ ਦੱਸ ਕੇ ਵੇਚ ਦਿੱਤਾ ਸੀ ਇਸ ਤੋਂ ਬਾਅਦ ਇਹ ਜ਼ਮੀਨ ਥਾਣਕ ਭੂ ਮਾਫੀਆ ਨੇ 60 ਗਾਂਡ ਕਰਕੇ ਮੱਧ ਪ੍ਰਦੇਸ਼ ਗ੍ਰਹਿ ਨਿਰਮਾਣ ਸੰਸਥਾ ਦੇ ਨਾਮ ਤੇ ਦਰਜ ਕਰਵਾ ਦਿੱਤੀ ਇਸ ਤੋਂ ਇਲਾਵਾ ਜ਼ਮੀਨ ਨੂੰ ਵਾਪਸ ਲੈਣ ਦੇ ਵਾਸਤੇ ਸ਼ਿਕਾਇਤਕਰਤਾ ਨੇ ਹੁਣ ਤੱਕ ਐਸ ਡੀ ਐਮ ਪ੍ਰਦੀਪ ਤੋਮਰ ਤੋਂ ਇਲਾਵਾ ਖੇਤਰੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਤੋਂ ਇਲਾਵਾ ਲਗਾਤਾਰ ਹੋਰ ਵੀ ਅਫਸਰਾਂ ਦੇ ਕੋਲ ਅਰਜ਼ੀ ਦਿੱਤੇ ਹੋਏ ਨੇ ਪਰੰਤੂ ਇਸ ਦੇ ਬਾਅਦ ਹਾਲ ਹੀ ਦੇ ਵਿੱਚ ਕਲੈਕਟਰ ਕੁਸ਼ਲੇਂਦਰ ਵਿਕਰਮ ਸਿੰਘ ਨੇ ਇਸ ਦੇ ਬਾਰੇ ਵਿੱਚ ਇੱਕ ਅਰਜ਼ੀ ਹਾਸਲ ਕੀਤੀ ਹੈ ਪਰੰਤੂ ਇਸ ਸਭ ਦੇ ਬਾਵਜੂਦ ਕਲੈਕਟਰ ਸਾਹਿਬ ਦੇ ਵੱਲੋਂ ਵੀ ਸਿਰਫ ਤੇ ਸਿਰਫ ਆਸ਼ਵਾਸ਼ਣ ਹੀ ਦਿੱਤਾ ਜਾ ਰਿਹਾ ਹੈ ਆਪਣੀ ਹੀ ਜ਼ਮੀਨ ਨੂੰ ਹਾਸਲ ਕਰਨ ਦੇ ਵਾਸਤੇ ਫਟਕ ਰਹੇ আবেদক ਦਾ ਕਹਿਣਾ ਹੈ ਕਿ 7 ਵਾਰ ਉਹ ਅਰਜ਼ੀ ਦੇ ਚੁੱਕੇ ਨੇ ਅਤੇ ਹਰ ਵਾਰ ਉਹਨਾਂ ਨੂੰ ਪੁੱਟ ਅਪ ਕਰ ਦਿੱਤਾ ਜਾਂਦਾ ਹੈ ਲੇਕਿਨ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਇਸ ਤੋਂ ਇਲਾਵਾ ਬਿਨੇ ਨਗਰ ਸੈਕਟਰ 3 ਦੇ ਨਿਵਾਸੀ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਲਖੀਮਪੁਰ ਮੋਜੇ ਦੇ ਵਿੱਚ ਸਾਡੇ ਪਿਤਾ ਜੀ ਨੇ ਸਰਵੇ ਨੰਬਰ 190/1 ਅਤੇ 191/1 ਦੇ ਵਿੱਚ 9 ਬਿਗਾ 3 ਵਿਸਵੇ ਜ਼ਮੀਨ ਖਰੀਦੀ ਸੀ ਇਹ ਜ਼ਮੀਨ ਸਾਡੇ ਪਿਤਾ ਜੀ ਦੇ ਨਾਮ ਦੇ ਉੱਪਰ ਦਰਜ ਵੀ ਸੀ ਇਸ ਦੇ ਬਾਅਦ ਮੇਰੇ ਨਾਮ ਦੇ ਉੱਪਰ ਦਰਜ ਹੋਈ ਸੀ ਅਤੇ 1984 ਦੰਗਿਆਂ ਦੇ ਦੌਰਾਨ ਅਸੀਂ ਗਵਾਲੀਅਰ ਨੂੰ ਛੱਡ ਕੇ ਚਲੇਗੇ ਸੀ ਵਾਪਸ ਆਉਣ ਦੇ ਉੱਪਰ ਅਸੀਂ ਜਦੋਂ ਆਪਣੀ ਜ਼ਮੀਨ ਨੂੰ ਤਲਾਸ਼ਣਾ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਭੂ ਮਾਫੀਆ ਨੇ ਇਸ ਜ਼ਮੀਨ ਨੂੰ ਖੁਰਦ-ਬੁਰਦ ਕਰ ਦਿੱਤਾ ਹੈ ਪੂਰੀ ਜ਼ਮੀਨ ਨੂੰ ਫਰਜ਼ੀ ਤਰੀਕੇ ਦੇ ਨਾਲ ਵੇਚ ਕੇ ਰੱਖ ਦਿੱਤਾ ਗਿਆ ਹੈ ਅੱਜ ਜਿਸ ਸੰਸਥਾ ਦੇ ਨਾਮ ਦੇ ਉੱਪਰ ਸਰਕਾਰੀ ਦਸਤਾਵੇਜ਼ ਦੇ ਵਿੱਚ ਇਸ ਨਾਮ ਨੂੰ ਦਰਜ ਕੀਤਾ ਗਿਆ ਹੈ ਉਸ ਦਾ ਸਹਿਕਾਰਤਾ ਵਿਭਾਗ ਦੇ ਵਿੱਚ ਪੰਜੀਣ ਤੱਕ ਦਰਜ ਨਹੀਂ ਕੀਤਾ ਗਿਆ ਹੈ ਅਧਿਕਾਰੀ ਲਗਾਤਾਰ ਸਾਨੂੰ ਆਸ਼ਵਾਸ਼ਣ ਦੇ ਰਹੇ ਨੇ ਪਰੰਤੂ ਜ਼ਮੀਨ ਵਾਪਸ ਦਿਲਾਉਣ ਦੇ ਵਾਸਤੇ ਕਿਸੇ ਵੀ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ 6 ਤੋਂ 7 ਅਰਜ਼ੀ ਹੁਣ ਤੱਕ ਮੈਂ ਦੇ ਚੁੱਕਾ ਹਾਂ ਅਤੇ আবেদন ਹਰ ਵਾਰ ਪੁੱਟਪ ਕਰਕੇ ਰੱਖ ਦਿੱਤੇ ਜਾਂਦੇ ਨੇ ਪਰੰਤੂ ਮੇਰਾ ਕੰਮ ਹੁਣ ਤੱਕ ਨਹੀਂ ਹੋਇਆ ਜਿਸ ਕਾਰਨ ਮੈਂ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਦੇ ਵਾਸਤੇ ਮਜਬੂਰ ਹਾਂ ਇਸ ਤੋਂ ਇਲਾਵਾ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਜਦੋਂ ਅਸੀਂ ਕਲੈਕਟਰ ਕੋਸ਼ਲਿੰਦਰ ਵਿਕਰਮ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਜ਼ਮੀਨ ਨੂੰ ਲੈ ਕੇ ਇਸ ਸ਼ਿਕਾਇਤ ਕਰਤਾ ਦੇ ਦਾਅਵੇ ਦੀ ਜਾਂਚ ਕਰਾਈ ਜਾਵੇਗੀ ਅਤੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਤੋਂ ਬਾਅਦ ਹੀ ਕਿਸੇ ਪ੍ਰਕਾਰ ਦੇ ਨਾਲ ਕੁਝ ਕਿਹਾ ਜਾ ਸਕਦਾ ਹੈ ਅਤੇ ਫਿਲਹਾਲ ਇਸ ਪੂਰੇ ਦੇ ਪੂਰੇ ਮਾਮਲੇ ਦੇ ਬਾਰੇ ਵਿੱਚ ਮੈਂ ਖੇਤਰੀ ਐਸਡੀਐਮ ਨੂੰ ਜਾਂਚ ਕਰਨ ਦੇ ਵਾਸਤੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤਾਂ ਤੁਸੀਂ ਇਸਾਰੇ ਦੇ ਸਾਰੇ ਮਾਮਲੇ ਬਾਰੇ ਕੀ ਸੋਚਦੇ ਹੋ ਇਸ ਦੇ ਬਾਰੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਆਪਣੀ ਰਾਏ ਦੇਣਾ ਬਿਲਕੁਲ ਵੀ ਨਾ ਪੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ